ਸਾਹਿਬ ਦਾ ਤੁਹਾਡੀ ਮਿਹਰਬਾਨੀ ਮੈਨੂੰ ਕਿਸੇ ਫਿਲਮ ਦੇ ਵਿੱਚ ਪਾ ਦਿਓ ਮੈਂ ਚੁੱਪ ਕਰਕੇ ਪਿਆ ਰਹਿਣਾ ਨਹੀਂ ਜੇ ਤੂੰ ਚੁੱਪ ਕਰਕੇ ਹੀ ਪੈਣਾ ਤੂੰ ਮਿਲਣਾ ਪੈ ਜਾ ਨਹੀਂ ਪਾਈ ਫਿਰ ਤੁਸੀਂ ਰੌਲਾ ਪਾਉਣਾ ਮੈਂ ਤਾਂ ਪੈ ਜਾਣਾ ਵੀਰੇ ਮੈਂ ਤਾਂ ਆਏ ਪਾਉਣਾ ਫਿਲਮਾਂ ਚੱਗੇ ਕਦੀ ਕੰਮ ਕੀਤਾ ਮੈਂ ਪਹਿਲੇ ਵੀ ਭਾਈ ਦੋ ਫਿਲਮਾਂ ਦੇ ਵਿੱਚ ਆਇਆ ਕਿਹੜੀਆਂ ਚ ਮੇਰੇ ਤਾਏ ਦੇ ਮੁੰਡੇ ਦਾ ਵਿਆਹ ਸੀਗਾ ਮੈਂ ਉਹਦੀ ਫਿਲਮ ਦੇ ਵਿੱਚ ਆਇਆ ਹਾਂ ਮੈਂ ਅਖੀਰ ਤੱਕ ਫਿਲਮ ਦੇ ਵਿੱਚ ਹੀ ਰਿਹਾ ਭਾਈ ਮੂਵੀ ਵਾਲੇ ਨੇ ਮੈਨੂੰ ਗਾਲਾਂ ਵੀ ਕੱਢੀਆਂ ਆਹ ਬੰਦਾ ਤਾਂ ਪਰੇ ਕਰੋ ਮੈਂ ਭਾਈ ਹਰ ਰਸਮ ਦੇ ਵਿੱਚ ਸੀਗਾ ਮੇਰਾ ਮੂੰਹ ਐ ਸੀਗਾ ਸਾਰਾ ਉਹ ਮੇਰੇ ਟੈਲੈਂਟ ਤੋਂ ਬੜਾ ਖੁਸ਼ ਹੋਇਆ ਕਹਿੰਦਾ ਤੂੰ ਵੱਡੀ ਫਿਲਮ ਦੇ ਵਿੱਚ ਆ ਵੀ ਰਿਹਾ ਤਿੰਨ ਘੰਟਿਆਂ ਦੀ ਜਿੱਦ ਪੂਰਾ ਨਹੀਂ ਆਉਣ ਦਿਆ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੁਹਾਡੀ ਮਿਹਰਬਾਨੀ ਮੈਨੂੰ ਫਿਲਮਾਂ ਦੇ ਵਿੱਚ ਪਾ ਦੇ ਮੈਨੂੰ ਬੜਾ ਸ਼ੌਕ ਆ ਉੱਠ ਕੇ ਖਲੋ ਇਦਾਂ ਤੂੰ ਪਵਾ ਲੈਣਾ ਵਾ ਕਹਿਣ ਦਾ ਮਤਲਬ ਇਹ ਹੈ ਕਿ ਫਿਲਮਾਂ ਦੇ ਡਾਇਲੌਗ ਹੁੰਦੇ ਨੇ ਮੈਂ ਬੋਲੂਗਾ ਮੈਂ ਸਾਰਾ ਕੁਝ ਕਰ ਜਾਣਾ ਮੈਂ ਕੁਝ ਨਾ ਕੁਝ ਕਰਨਾ ਵਾ ਮੇਰੇ ਕੋਲ ਕੁਝ ਕਰਾ ਲਓ ਮੈਂ ਕੁਝ ਕਰਨਾ ਵਾ ਮੈਂ ਤੰਗ ਆ ਗਿਆ ਬਸ ਅੱਜ ਮੈਂ ਕੁਝ ਕਰਨਾ ਵਾ ਕਿਹੜੇ ਕਿਹੜੇ ਹੀਰੋ ਦਾ ਤੂੰ ਫੈਨ ਹੈ ਮੈਂ ਮੇਰੇ ਕੋਲ ਮੈਂ ਜਿਹੜੀ ਫਿਲਮ ਲੱਗੀ ਹੋਈ ਮੈਂ ਉਹਦਾ ਫੈਨ ਹੋ ਜਾਂਦਾ ਹਾਂ ਐਵੇਂ ਇੱਕ ਬੰਦੇ ਪਿੱਛੇ ਤਾਂ ਨਹੀਂ ਆਪਾਂ ਜ਼ਿੰਦਗੀ ਜਲੀਲ ਕਰਨੀ ਆਪਣੀ ਜਿਹੜੇ ਬੰਦੇ ਦੀ ਫਿਲਮ ਚੱਲਣ ਡਈ ਹੁੰਦੀ ਆਪਾਂ ਖਾਤਿਆਂ ਚਲੇ ਜਾਈਦਾ ਨਾਲੇ ਚਾਹ ਪੀ ਲਈਏ ਨਾਲੇ ਉਹਦਾ ਫੈਨ ਹੋ ਜਾਈਦਾ ਵਾ ਨਹੀਂ ਇਹ ਗੱਲ ਦੱਸ ਹਾਂਜੀ ਕਦੀ ਉਹ ਫਿਲਮ ਵੇਖੀ ਕਿਹੜੀ ਕੈਮਰਾ ਐਕਟ
ਸਰ ਹੀਰ ਬਣਾ ਰਹੀ ਹੈ ਦਿਲਾਂ ਦੇ ਹੱਥ ਰੱਖੋ।